ਉਹ ਭਾਜਾ ਬਰਫ ਡਿੱਗਣ ਲੱਗ ਪਈ ਓਏ ਐਨ ਐਨ ਪੈਣ ਲੱਗ ਪਈ ਆ ਦੇਖੋ ਪਿੱਛੇ ਰਾ ਸਿਰ ਤੇ ਵੱਜੀ ਬੜੀ ਭਾਰੀ ਵੱਜਦੀ ਆ ਪਿੱਛੇ ਰਾ ਓਏ ਕਣੀਆਂ ਜਿਹੜਾ ਐਸ ਵਕਨ ਹੋਣ ਡੀਆਂ ਦਾ ਜਿਹੜੇ ਨੁਕਰੇ ਬੈਠੇ ਹਨ ਆਪਣੇ ਵੱਲ ਬਚ ਕੇ ਆਜੋ ਆਜੋ ਰਾ ਫੇਰ ਬਰਫ ਆ ਗਈ ਫੇਰ ਬਰਫ ਆ ਗਈ ਵਿੱਚ ਜੀ ਰੁਕੀ ਸੀ ਫੇਰ ਆਉਣ ਲੱਗ ਪਿਆ ਜਾ ਕਰੋ ਕਿੰਨੀ ਸਪੀਡ 'ਚ ਐਨ ਪੈਣ ਡਈ ਜੀ ਆਹ ਦੇਖੋ ਉਹਦੇ ਉੱਤੇ ਜਿਹੜੀ ਬਰਫ ਦੀਆਂ ਢੇਲੀਆਂ ਮਾਜ ਕੇ ਉੱਭਰਦੀਆਂ ਨਾ ਉਹ ਸਹੀ ਸਾਫ ਲੱਭਦੀਆਂ ਨੇ ਆਹ ਚੈੱਕ ਕਰੋ ਬਾਰਿਸ਼ ਹੀ ਵੈਸੇ ਨਾ ਥੱਲੋਂ ਫਰਸ਼ ਫੁੱਲ ਠੰਡਾ ਹੋ ਗਿਆ ਫੁੱਲ ਠੰਡਾ ਪਾਣੀ ਆਹ ਚੈੱਕ ਕਰੋ ਆਹ ਵੇਖੋ ਕਿੰਨੀ ਬਰਫ ਉਹ ਥੱਲੇ ਤੇ ਐਵੇਂ ਜਿਵੇਂ ਫੁੱਲ ਬਰਫ ਦੇ ਉੱਤੇ ਖਲੋਤਾ ਵਾਂ ਕਸਮੇ ਵੇ ਭਾਜਾ ਚੈੱਕ ਕਰੋ ਕਿਵੇਂ ਖਾਲਾ ਭਰ ਕੇ ਪਾਣੀ ਦਾ ਹੋਣ ਡਿਆ ਭਾਜਾ ਆਹ ਵੇਖੋ ਸਾਡੇ ਪਿੰਡ ਦਾ ਨਜ਼ਾਰਾ ਇੱਕ ਦਿਨ ਬਾਰਿਸ਼ ਤੇ 10 ਦਿਨ ਗਾਰਾ ਧਿਆਨ ਨਾਲ ਓਏ ਚੜਾਈਓ ਇੱਧਰ ਚੈੱਕ ਕਰੋ ਤੁਸੀਂ ਆ ਜਿਹੜੇ ਕੱਚੇ ਕੋਠੇ ਨਾ ਉਹਨਾਂ ਦੀ ਤੂੰ ਮਿੱਟੀ ਖੋਰ ਖੋਰ ਕੇ ਥੱਲੇ ਡਿੱਗਦੀ ਤਾਂ ਇਹਦਾ ਰੰਗ ਮਿੱਟੀ ਵਾਲਾ ਹੁੰਦਾ ਪਾਣੀ ਦਾ ਆਹ ਚੈੱਕ ਕਰੋ ਬਰਫ਼ ਜਿਹੜੀ ਡਿੱਗੀ ਹੈ ਆਜਾ ਆਹ ਚੈੱਕ ਕਰੋ ਕਿਸ ਤਰ੍ਹਾਂ ਫੁੱਲ ਪਾਣੀ ਦੀ ਭਰ ਕੇ ਨਾਲ ਲਿਆਉਣ ਡਈ ਹੈ ਲੈ ਹਾਂ ਇੱਧਰ ਤਾਂ ਦਰਿਆ ਬਣਿਆ ਹੈ ਵੇਖ ਕੇ ਵਹਿਣੀ ਵੀ ਹੈਗੇ ਧਿਆਨ ਨਾਲ ਡਿੱਗੀ ਭਾਜਾ ਫਿਰ ਤੇਜ਼ ਕਣੀਆਂ ਆ ਗਈਆਂ ਨੇ ਚੱਲੀਏ ਘਰ ਨੂੰ ਦੋ ਰਿਹਾ ਜਲਦੀ ਕਣੀਆਂ ਆ ਗਈਆਂ ਨੇ ਗੋਆ ਤਾਂ ਫੋਆ ਖੋਲਿਓ ਰਾਜੇ ਨੇ ਅਸੀਂ ਕਿੱਥੇ ਧੋਣਾ ਹਜੇ ਚਲੋ ਵਿਚਾਰਾ ਬਾਣੇ ਨਾਲ ਨਹਾ ਲੋ ਲਿਆ ਇੰਨੇ ਵੀ ਨਹੀਂ ਮੈਂ ਨਵਾਇਆ ਸੀ ਪਰਸੋਂ ਅੱਛਾ ਤਾਂ ਹੀ ਚਮਕਣ ਡਿਆ ਅੱਜ ਭਾਈ ਆਹ ਬਰਸਾਤੀ ਮੈਂ ਪਾ ਲਈਏ ਤੁਸੀਂ ਲਾਸਟ ਵੀਡੀਓ 'ਚ ਵੇਖਿਆ ਹੋਏਗਾ ਆਪਣਾ ਜਿਹੜੇ ਜਿਹੜਾ ਨਵਾਂ ਘਰ ਬਣਾਉਣ ਡਿਆ ਨਾ ਉਹਦਾ ਬੀਮ ਭਰਿਆ ਸੀ ਸੀਮਟ ਬਜਰੀ ਦਾ ਜਿਹੜਾ ਨਾ ਜੇ ਥੱਲੇ ਭਰਦਾ ਨੀਹਾਂ 'ਚ ਅਤੇ ਉਹ ਭਰ ਕੇ ਜੇ ਘਰ ਆਏ ਹਾਂ ਤਾਂ ਤੂੰ ਜਰਾ ਬਾਰਿਸ਼ ਆ ਗਈ ਹੈ ਅਤੇ ਬਾਰਿਸ਼ ਵੀ ਕੀ ਨਾਲ ਲੈਣ ਆਈਏ ਅਤੇ ਅੱਲਾ ਖੈਰ ਕਰੇ ਬਸ ਉਹ ਬਚ ਗਿਆ ਹੋਏ ਇੱਧਰ ਵੇਖੋ ਐਨ ਦੇ ਨਾਲ ਸਾਰਾ ਸਟਾਲਾ ਹੀ ਫਿੱਸ ਗਿਆ ਥੱਲੇ ਬਹਿ ਗਿਆ ਵਿਚਾਰਾ ਸਾਡੇ ਪਿੰਡ ਦੇ ਸਾਰੇ ਲੋਕਾਂ ਨੇ ਕਣਕ ਵੱਢ ਕੇ ਸਾਰੇ ਕੰਮ ਮੁਕਾ ਲਏ ਨੇ ਮਤਲਬ ਕਿਸੇ ਨੂੰ ਕੋਈ ਖਤਰਾ ਨਹੀਂ ਆਇਆ ਬਸ ਇਹ ਹਮਜ਼ਾਰਾਂ ਨੂੰ ਖਤਰਾ ਇਹਨਾਂ ਦੀ ਸਾਰੀ ਇਹ ਕਣਕ ਬਾਹਰ ਪਈ ਹੈ ਅਸਲਾਮ ਵਾਲੇਕੁਮ ਯਾਹਲ ਅਲ ਕਬੂਰ ਅਦੋਦ ਵੀ ਮੇਰਾ ਮਗਰ ਹੀ ਆ ਗਏ ਅਤੇ ਤੇ ਕੰਮ ਚੈੱਕ ਕਰੋ ਦੋ ਦਿਨ ਵਿੱਚ ਦਿਨਾਂਗੇ
ਨੰਗ ਨੰਗ ਨਹੀਂ ਦੇਉਂਦਾ ਨਹੀਂ ਰਾਹ ਸਿੱਧਾ ਕਰਵਾਇਆ ਇਹ ਪੈਸੇ ਲਾਏ ਨੇ ਦਸ ਮੁੜ ਜਾ ਤੇਰੀ ਹੱਸੀ ਦੀ ਟਾਸੀ ਕਲਵਾ ਜਰਾ ਨਾ ਗੋ ਹੈ ਮੈਂ ਗੋ ਭਾਈ ਆ ਡੇਰੇ ਸੇ ਉੱਪਰ ਗਏ ਹਾਂ ਅਤੇ ਮਿਸਤਰੀ ਵੀ ਇੱਥੇ ਹੀ ਜੇ ਬੀਮ ਸਾਰਾ ਭਰ ਲਿਆ ਅੱਲਾ ਕਰੇ ਬਸ ਬੀਮ ਬਚ ਗਿਆ ਹੋਏ ਸਹੀ ਭਾਈ ਆ ਸਾਰੇ ਪਾਣੀ ਖਲੋ ਗਿਆ ਜਿੱਥੇ ਨਹੀਂ ਉਹ ਤੇਰੀ ਖੈਰ ਕੰਮ ਖਰਾਬ ਹੋ ਗਿਆ ਸਾਰਾ ਹੀ ਬਜਰੀ ਨਹੀਂ ਕੰਮ ਸਾਰਾ ਹੀ ਭਾਈ ਆ ਸਾਰਾ ਬੀਮ ਖਰਾਬ ਹੋ ਗਿਆ ਉੱਥੇ ਦੂਜੇ ਸਾਰਾ ਸੀਮਟ ਰੋੜ ਕੇ ਰੇਤ ਰੋੜ ਕੇ ਥੱਲੇ ਤੁਰ ਗਈ ਅਤੇ ਇਕੱਲੀ ਬਜਰੀ ਰਹਿ ਗਈ ਆਹ ਚੈੱਕ ਕਰੋ ਤੁਸੀਂ ਮਿਸਤਰੀ ਆਪੇ ਥੱਲੇ ਵੜੇ ਹਜੇ ਬਈ ਐਨ ਤੂੰ ਬਚੇ ਹਨ ਉਹ ਵਾਹ ਇਹਨਾਂ ਤੇ ਕੋਠਾ ਬਣਾਇਆ ਪੂਰਾ ਇੱਧਰ ਬੱਲੇ ਬੱਲੇ ਉਹ ਤੁਸੀਂ ਤੇ ਇੱਥੇ ਪੂਰਾ ਟੈਂਟ ਲਾਇਆ ਏ ਯਾਰ ਚੜੀ ਸਾਡੇ ਨੂੰ ਪਾਣੀ ਲੱਗ ਗਿਆ ਚੜੀ ਨੂੰ ਪਾਣੀ ਲਾਉਣਾ ਸੀ ਰੇਤ ਵੀ ਅੱਧੀ ਰਹਿ ਗਈ ਏ ਉਹ ਪੈਰ ਖੁੱਪ ਗਈ ਭਾਈ ਆ ਅਸੀਂ ਜਾਣਾ ਤਾਂ ਬੀਮ ਚੈੱਕ ਕਰਨਾ ਹੈ ਬੀਮ ਤਾਂ ਚਲੋ ਜਦੋਂ ਥੋੜ੍ਹਾ ਬਹੁਤਾ ਖਰਾਬ ਹੋਣਾ ਹੀ ਹੋ ਗਿਆ ਪਰ ਇੱਥੇ ਹੁੰਦੀਆਂ ਨੂੰ ਜਿਹੜਾ ਮਿਸਤਰੀ ਰੋਟੀ ਖਾਣ ਡੇ ਨੇ ਬੜੇ ਚੰਗੇ ਬੰਦੇ ਤੁਸੀਂ ਦਿਓ ਯਾਰ ਦਿਓ ਬਰਿਆਨੀ ਰਹਿਣ ਦਿਓ ਰਹਿਣ ਦਿਓ ਇਹ ਵਾਲੀ ਬੋਟੀ ਜਿਹੜੀ ਪੱਲੀ ਮੋਟੀ ਹੈ ਨਾ ਉਹ ਰਹਿਣ ਦਿਓ ਉਹ ਨਾ ਪਾਇਓ ਬਸ ਵੇਖ ਲਓ ਭਾਈ ਆ ਉਹੀ ਗੱਲ ਹੋਈ ਹੈ ਨਾ ਲਿਖਿਆ ਹੈ ਖਾਣੇ ਖਾਣੇ ਪਰ ਦਾਣੇ ਵਾਲੇ ਕਾ ਨਾਮ ਆਏ ਆ ਤੇ ਆ ਕੇ ਫਿਰ ਇੱਥੋਂ ਸਾਡੇ ਜੋਗੀ ਬਰਿਆਨੀ ਪਈ ਭਾਈ ਆ ਚੈੱਕ ਕਰੋ ਮਾਸ਼ਾਅੱਲਾ ਕਿੱਡਾ ਪਿਆਰਾ ਰੇਨਬੋ ਬਣਨ ਡਿਆ ਅੱਜ ਗੁੱਡੇ ਗੁੱਡੀ ਦੀ ਪੀਂਗ ਤੁਸੀਂ ਮੈਨੂੰ ਦੱਸੋ ਤੁਹਾਡੇ ਇਲਾਕੇ ਜਾਂ ਤੁਹਾਡੀ ਜ਼ਬਾਨ 'ਚ ਇਹਨੂੰ ਕੀ ਕਹਿੰਦੇ ਨੇ ਸਾਡੇ ਕਹਿੰਦੇ ਹੁੰਦੇ ਹਨ ਗੁੱਡੇ ਗੁੱਡੀ ਦੀ ਪੀਂਗ ਯਾਰ ਤੁਹਾਡੇ ਏਰੀਓ ਜਿਹੜਾ ਨਾ ਸਾਡਾ ਘਰ ਸਾਫ ਲੱਭਦਾ ਜੇ ਵੇਖੋ ਸਾਹਮਣੇ ਇੰਨੀ ਬਾਰਿਸ਼ ਹੋਈ ਹੈ ਥੱਲੇ ਜਿੰਨੇ ਸੀਮਿੰਟ ਦੇ ਤੋੜੇ ਹਨ ਸਾਰੇ ਗਿੱਲੇ ਹੋ ਗਏ ਜੇ ਲੈ ਫਰ ਬਈ ਪੰਜ ਮਿੰਟ ਪਹਿਲਾਂ ਚੰਗੀ ਭਲੀ ਬਾਰਿਸ਼ ਹੋਈ ਹੈ ਐਨ ਪਈਏ ਜਿਹੜਾ ਸਾਰਾ ਕੁਛ ਸਾਰਾ ਕੰਮ ਹੋਇਆ ਗਿਆ ਸੀ ਉਹ ਤੋਂ ਬਾਅਦ ਫਿਰ ਅੱਜ ਕੜਾਕੇਦਾਰ ਧੁੱਪ ਨਿਕਲ ਆਈ ਬਈ ਹੁਣ ਜਿਹੜਾ ਅਸੀਂ ਵੀ ਚੱਲੀਏ ਕਾਰ ਨੂੰ ਇੱਕ ਪਾਸੇ ਫੁੱਲ ਧੁੱਪ ਇੱਕ ਪਾਸੇ ਬੱਦਲ ਅਤੇ ਨਾਲ ਰੈਂਬੋ ਓਏ ਹੋਏ ਕਿਆ ਕਹਿੰਦੇ ਗੁੱਡੇ ਗੁੱਡੀ ਦੀ ਪੀਂਗ ਨਹੀਂ ਕਿਹਾ ਹੁੰਦਾ ਬੜਾ ਰੌਲਾ ਪਾਉਂਦੇ ਹੁੰਦੇ ਹਾਂ ਪੂਰੇ ਪਿੰਡ 'ਚ ਓਏ ਗੁੱਡੇ ਗੁੱਡੀ ਦੀ ਪੀਂਗ ਚੜੀ ਓ ਗੁੱਡੇ ਗੁੱਡੀ ਦੀ ਪੀਂਗ ਚੜੀ ਭਾਈ ਆਹ ਬਾਰਿਸ਼ ਤੋਂ ਬਾਅਦ ਜਾਣਾ ਹਾਲ ਚੈੱਕ ਕਰੋ ਜ਼ਰਾ ਇੱਧਰ ਚੈੱਕ ਕਰੋ ਸਾਰਾ ਪਾਣੀ ਖਲੋਤਾ ਸੀ ਪੰਜਾਂ ਦਸਾਂ ਮਿੰਟਾਂ ਵਿੱਚ ਸਾਰਾ ਪਾਣੀ ਗਾਇਬ ਹੋ ਗਿਆ